ਜੀ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਉਮੀਦ ਕਰਨਾ ਸਾਰੇ ਠੀਕ ਹੋਣਗੇ ਤੁਹਾਨੂੰ ਪਤਾ ਸਰਦੀ ਬਹੁਤ ਜ਼ਿਆਦਾ ਸਿਆਲਕੋਟ ਦੇ ਅੰਦਰ ਕੀ ਹਰ ਸ਼ਹਿਰ ਦੇ ਅੰਦਰ ਬਹੁਤ ਜ਼ਿਆਦਾ ਸਰਦੀ ਹੈ ਤੇ ਇਸ ਟਾਈਮ ਪਿੱਛੇ ਤੁਹਾਨੂੰ ਘੰਟਾ ਘਾਟ ਨਜ਼ਰ ਆਉਂਦਾ ਹੋਏਗਾ ਤੇ ਉਹਦੇ ਕੋਲ ਅਸੀਂ ਕਸ਼ਮੀਰੀ ਤੁਸੀਂ ਵੇਖ ਸਕਦੇ ਕਸ਼ਮੀਰੀ ਸਭ ਚਾਹੀਦੇ ਪਾਸੇ ਅਸੀਂ ਬੈਠੇ ਦੇ ਠਾਠ ਸਕਵੰਜੀ ਸੋਡਾ ਵੀ ਹੈ ਕੋਲ ਲੇਕਿਨ ਅਸੀਂ ਉਹ ਨਹੀਂ ਪੀਣੀ ਹੈ ਤੇ ਵੀਡੀਓ ਸ਼ੁਰੂ ਹੋਣ ਤੋਂ ਵੀਡੀਓ ਸ਼ੁਰੂ ਤੇ ਹੋ ਗਈ ਤੇ ਲੇਕਿਨ ਉਸ ਤੋਂ ਪਹਿਲਾਂ ਜਿਹਨਾਂ ਭਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਹਜ਼ਾਰ 1000 ਸਬਸਕ੍ਰਾਈਬਰ ਪੂਰਾ ਹੋ ਚੱਲਿਆ ਤੇ ਚੈਨਲ ਸਬਸਕ੍ਰਾਈਬ ਕਰਕੇ ਜਾਣਾ ਤੁਸੀਂ ਤੇ ਵੀਡੀਓ ਨੂੰ ਪੂਰਾ ਵੇਖਣਾ ਸਰ ਭਾਈ ਆਪਣੇ ਨਾਲ ਆਏ ਨੇ ਅੱਜ ਚਾਹ ਪੀਣ ਆਏ ਨੇ ਤੇ ਸਪੀਡੋ ਸਪੀਡ ਜਿਹੜਾ ਅੰਡਾ ਛੰਡਾ ਖਾ ਸਰ ਭਾਈ ਕੀ ਕਿਉਂ ਇੰਜ ਕਰਦੇ ਹੋ ਯਾਰ ਲੰਮੀ ਜਿਹੀ ਸਟਿਕ ਦੇ ਗਏ ਆ ਕਿਉਂ ਮੈਂ ਵੇਖਣਾ ਪਿਆ ਕਿ ਕੀ ਹੁੰਦਾ ਇਹਦੇ ਨਾਲ ਤੇ ਮੈਂ ਖੇਲਣ ਦੇ ਆਵਾਂ ਇਹਦੇ ਨਾਲ ਖੇਲੀਦਾ ਨਹੀਂ ਇਹਦੇ ਨਾਲ ਮਿਕਸ ਕਰੀਦੇ ਬਦਾਮ ਫਿਦਾਮ ਜੇ ਇਹਦੇ ਮਿਕਸ ਕਰੀਦੇ ਦੱਸੋ ਉਹਨਾਂ ਨੂੰ ਕਿ 28 ਹੈ ਇਹ ਸਕੰਦੀ ਇਹਨਾਂ ਕੋਲ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਅੱਗੇ ਜਾ ਕੇ ਮੈਂ ਵੀਊ ਚੈੱਕ ਕਰਵਾਉਣਾ ਇਹਦਾ ਆ ਦੇਖੋ 18 ਸਕੰਦੀ ਵਾਲੀ ਪੈਸੇ ਮੈਂ ਦਿੱਤੇ ਨੇ ਤੇ ਤੁਹਾਨੂੰ ਅੱਗੇ ਜਾ ਕੇ ਉਹਨਾਂ ਦਾ ਚੈੱਕ ਕਰਵਾਉਣਾ ਜਿੱਥੇ ਸਭ ਬੱਚਾ ਇੱਕ ਪੰਜ ਪਾਉਂਦੇ ਨੇ ਹੁਣ ਜਿਹੜਾ ਚਾਹ ਸ਼ਾਹ ਅਸੀਂ ਪੀ ਲਈਏ ਤੇ ਚਾਹ ਤੋਂ ਬਾਅਦ ਤੁਹਾਡਾ ਮੁਲਾਕਾਤ ਹੋਏਗੀ ਇਹਨੇ ਤੇ ਜਲਦੀ ਜਲਦੀ ਬਾਅਦ ਚ ਮੁਲਾਕਾਤ ਹੋਏਗੀ ਤੁਹਾਡਾ ਨਾਲ ਠੀਕ ਹੈ ਤੇ ਵੀਡੀਓ ਨੂੰ ਪੂਰਾ ਦੇਖਣਾ ਤੇ ਵੀਡੀਓ ਅੱਛੀ ਲੱਗੇ ਲਾਈਕ ਵੀ ਕਰਨਾ ਇਹ ਮੈਨੇ ਵੀ ਆਪਣੇ ਕੱਪ ਕੇ ਅੰਦਰ ਬਦਾਮ ਮਿਕਸ ਕਰ ਲਈਏ ਆਪ ਮੁਝੇ ਆਪਣੇ ਨਾ ਬਤਾਨਾ ਕਮੈਂਟਸ ਮੈਂ ਕਿ ਸਰਦੀਓ ਮੈਂ ਸਬਰ ਚਾਹ ਪੀਨੇ ਕਾ ਕਿਸ ਕਿਸ ਕੋ ਕਿਤਨਾ ਮਜ਼ਾ ਆਤਾ ਆਪਨੇ ਜੇ ਮੁਝੇ ਲਾਜ਼ਮੀ ਬਤਾਨਾ ਹੈ ਤੋ ਸਰਦੀ ਬਹੁਤ ਜ਼ਿਆਦਾ ਇਸ ਟਾਈਮ ਫਾਜੀ ਤੋ ਆਪਕੋ ਇੱਕ ਕੱਪ ਕੀ ਪ੍ਰਾਈਸ ਵੀ ਬਤਾ ਦਿੱਤਾ ਹੈ ਕਿੰਨੀ 100 ਰੁਪਏ ਇੱਕ ਕੱਪ ਹੈ 100 ਰੁਪਏ ਕੇ ਇੱਕ ਕੱਪ ਮਿਲਤਾ ਹੈ ਇਧਰ ਸੇ ਤੋ 40 ਰੁਪਏ ਕਾ ਅੰਡਾ ਹੋ ਗਿਆ ਬਹੁਤ ਹੀ ਮਜ਼ਾ ਆ ਰਿਹਾ ਇਸ ਟਾਈਮ ਚਾਹ ਪੀਨੇ ਕਾ ਗਰਮ ਗਰਮ ਅਭੀ ਥੋੜੀ ਸੀ ਪੀਆ ਬਹੁਤ ਜ਼ਿਆਦਾ ਬਾਕੀ ਕਿ ਮੈਨੇ 1000 ਕਾ ਨੋਟ ਨਿਕਾਲ ਕੇ ਹਸਨ ਸਾਹਿਬ ਕੋ ਦਿਆ ਹਸਨ ਸਾਹਿਬ ਐ ਲੋ ਪੈਸੇ ਆਪਣੇ ਹੱਥਾਂ ਨਾਲ ਦੋ ਤਿੰਨ ਕੱਪ ਚਾਹ ਦੋ ਅੰਡੇ 470 500 ਸਾਨੂੰ ਬੁਗਾ ਲਿਆ ਤੇ ਬਾਕੀ ਟਿਪ ਰੱਖ ਲਓ ਜੀ ਤੋ ਹਮਨੇ ਚਾਹ ਚਾਹ ਪੀ ਲਈ ਆ ਪਰ ਮੈਨੇ ਹਸਨ ਭਾਈ ਨੇ ਤੋ ਇਸ ਟਾਈਮ ਹਮ ਆਪਣੀ ਗਾੜੀ ਕੀ ਤਰਫ ਜਾ ਰਹੇ ਹਾਂ ਤੋ ਹਸਨ ਭਾਈ ਚਲੋ ਚਲਾਓ ਆਪ ਡਰਾਈਵ ਕਰੋ ਮੈਂ ਸਾਥ ਬੈਠਦਾ ਤੋ ਗਾੜੀ ਸ਼ਾਰੀ ਆ ਕੇ ਤੋ ਇਨਸ਼ਾਅੱਲਾ ਅਗਲੇ ਵਲੌਗ ਮੈਂ ਮਿਲਤੇ ਹਾਂ ਆਪਸੇ ਅਗਰ ਵੀਡੀਓ ਅੱਛੀ ਲੱਗੀ ਹੋ ਤਾਂ ਵੀਡੀਓ ਕੋ ਲਾਈਕ ਵੀ ਕਰੇਂ ਔਰ ਸਬਸਕ੍ਰਾਈਬ ਕਰਨਾ ਨਾ ਭੁੱਲੀਏ ਸ਼ੁਕਰੀਆ